ਇੰਨਾ ਗੁੱਸੇ ਦੇ ਵਿੱਚ ਕਿ ਉਹ ਮਾਮਲਾ ਕੀ ਹੈ? ਗੁੱਸਾ ਇਸ ਗੱਲ ਦਾ ਜੀ ਕਿ ਪੰਜਾਬ ਦੀ ਸਰਕਾਰ ਵੱਲੋਂ ਬਹੁਤ ਸਾਰੇ ਕਾਨੂੰਨ ਇਹੋ ਜਿਹੇ ਬਣਾਏ ਗਏ ਆ ਜਿਹਦੇ ਵਿੱਚ ਸਾਡਾ ਸਿਹਤ ਵਿਭਾਗ ਜਿਹੜਾ ਉਹ ਰੇਡ ਕਰਨ ਦੇ ਲਈ ਜਾਂਦਾ, ਜਿਹੜੇ ਗੈਰ ਸਮਾਜੀ ਅਨਸਰ ਨੇ ਉਹਨਾਂ ਨੂੰ ਫੜਨ ਦੇ ਲਈ ਜਾਂਦਾ। ਇਸੇ ਕਾਨੂੰਨ ਦੇ ਤਹਿਤ ਇੱਕ ਲਿੰਗ ਨਿਰਧਾਰਿਤ ਟੀਮ ਜਿਹੜੀ ਆ ਉਹ 9 ਤਰੀਕ ਨੂੰ ਨਿਯੁਕਤ ਕੀਤੀ ਗਈ ਸਿਵਲ ਸਰਜਨ ਬਠਿੰਡਾ ਵੱਲੋਂ, ਜਿਹਦਾ ਇੰਚਾਰਜ ਜਿਹੜਾ ਸੀਗਾ ਉਹ DFO ਬਠਿੰਡਾ ਨੂੰ ਲਾਇਆ ਗਿਆ। ਉਹ ਟੀਮ ਜਦੋਂ ਪਾਤੜਾਂ ਵਿਖੇ ਇਸ ਕਿਸਮ ਦੀ ਰੇਡ ਕਰਨ ਜਾਂਦੀ ਆ ਤਾਂ ਉੱਥੇ ਵਿਜੀਲੈਂਸ ਵਿਭਾਗ ਵੱਲੋਂ ਉਸ ਟੀਮ ਦੇ ਉੱਤੇ ਰੇਡ ਕੀਤੀ ਜਾਂਦੀ ਆ। ਵਿਜੀਲੈਂਸ ਵਿਭਾਗ ਵੱਲੋਂ ਉਹ ਰੇਡ ਦੇ ਦੌਰਾਨ ਸਾਡਾ ਇੱਕ ਕਰਮਚਾਰੀ ਜਿਹੜਾ ਦਰਜਾ 4 ਰਾਜ ਸਿੰਘ ਉਹਨੂੰ ਫੜ ਲਿਆ ਜਾਂਦਾ, ਬਾਕੀ ਦੀ ਜਿਹੜੀ ਟੀਮ ਆ ਉਹ ਵਾਪਸ ਆ ਜਾਂਦੀ ਆ। ਔਰ ਇਸ ਗੱਲ ਦਾ ਗੁੱਸਾ ਇੱਕ ਇਸ ਕਰਕੇ ਵੀ ਆ ਬਈ ਜਿਹੜੇ ਸਾਡੇ ਅਫਸਰ ਸੀਗੇ, ਚਾਹੇ ਉਹ ਸਿਵਲ ਸਰਜਨ ਸੀ ਚਾਹੇ ਉਹ DFO ਸੀਗੇ, ਉਹ ਅਫਸਰਾਂ ਨੇ ਆਪਦੀ ਸੱਚ ਦੀ ਗੱਲ ਜਿਹੜੀ ਆ ਵਿਜੀਲੈਂਸ ਨੂੰ ਦੱਸਣ ਦੀ ਬਜਾਏ ਉਹਨਾਂ ਨੇ ਪਾਤੜਾਂ ਤੋਂ ਘਰ ਨੂੰ ਆ ਗਏ ਤੇ ਜਿਹੜਾ ਰਾਜ ਸਿੰਘ ਆ ਉਹਨੂੰ ਗ੍ਰਿਫਤਾਰ ਕਰਕੇ ਵਿਜੀਲੈਂਸ ਜਿਹੜੀ ਆ ਮੁਹਾਲੀ ਲੈ ਜਾਂਦੀ ਆ। ਵਿਜੀਲੈਂਸ ਇਸ ਨੂੰ ਸਹੀ ਕਾਰਵਾਈ ਕਹਿੰਦੀ ਹੈ ਕਿ ਅਸੀਂ ਟ੍ਰੈਪ ਲਾਇਆ ਸੀ, ਟ੍ਰੈਪ ਦੇ ਵਿੱਚ ਪੈਸੇ ਬਰਾਮਦ ਹੋਏ ਨੇ ਤੇ ਪੈਸਿਆਂ ਦੇ ਬਦਲੇ ਕਾਰਵਾਈ ਕਰਤੀ, ਦੇਖ ਕੀ ਗੱਲ? ਹਾਂ ਬਿਲਕੁਲ, ਵਿਜੀਲੈਂਸ ਆਪਦੇ ਵੱਲੋਂ ਸਹੀ ਕਹਿੰਦੀ ਆ, ਪਰ ਵਿਜੀਲੈਂਸ ਨੂੰ ਵੀ ਅਸੀਂ ਇਹ ਗੱਲ ਸਪਸ਼ਟ ਤੇ ਸਿੱਧੇ ਸ਼ਬਦਾਂ ਦੇ ਵਿੱਚ ਇਹ ਕਹਿਣੀ ਚਾਹੁੰਦੇ ਹਾਂ ਵੀ ਜੇ ਉਹਨਾਂ ਦੀ ਇਹ ਕਾਰਵਾਈ ਸਹੀ ਸੀ ਤਾਂ ਫਿਰ ਟੀਮ ਦਾ ਇੰਚਾਰਜ ਜਿਹੜਾ ਉਹਨੂੰ ਕਿਉਂ ਨਹੀਂ ਫੜਿਆ ਗਿਆ, ਸਾਡਾ ਸਵਾਲ ਆ। ਦੂਜੀ ਗੱਲ, ਟੀਮ ਦੇ ਨਾਲ ਗਏ ਹੋਏ ਬਾਕੀ ਦੇ ਜਿਹੜੇ ਬੰਦੇ ਸੀ ਉਹਨਾਂ ਨੂੰ ਕਿਉਂ ਨਹੀਂ ਫੜਿਆ ਗਿਆ? ਉਸ ਤੋਂ ਵੀ ਅਗਲੀ ਗੱਲ, ਜੇ ਇਹ ਕਾਰਵਾਈ ਸਹੀ ਆ ਤਾਂ ਫਿਰ ਜਿਹੜੇ ਸਿਵਲ ਸਰਜਨ ਹੈ, ਜਿਹੜਾ DFO ਹੈ, ਜਿਹੜਾ ਟੀਮ ਦਾ ਇੰਚਾਰਜ ਸੀ, ਉਹਦੇ ਵੱਲੋਂ ਰਾਜ ਸਿੰਘ ਨੂੰ ਪੈਸੇ ਜਿਹੜੇ ਆ ਧਾਰੇ ਫੜਨ ਵਾਸਤੇ ਭੇਜਿਆ ਗਿਆ, ਉਹ ਧਾਰੇ ਪੈਸੇ ਜਿਹੜੇ ਆ ਵਿਜੀਲੈਂਸ ਤੋਂ ਫੜਵਾਏ ਗਏ ਤੇ ਵਿਜੀਲੈਂਸ ਨੇ ਉਹ ਧਾਰੇ ਪੈਸਿਆਂ ਦੇ ਆਧਾਰ ਤੇ ਬਲਬੂਤੇ ਦੇ ਆਧਾਰ ਦੇ ਉੱਤੇ ਜਿਹੜਾ ਉਹ 20,000 ਰੁਪਇਆ ਵਿਜੀਲੈਂਸ ਨੇ ਉਹ ਤੋਂ ਫੜਿਆ। ਔਰ ਉਸ ਤੋਂ ਵੀ ਅਗਲੀ ਗੱਲ, ਵਿਜੀਲੈਂਸ ਨੇ ਨਾਲ ਦੀ ਨਾਲ ਹੀ 40,000 ਰੁਪਇਆ ਉਹ ਵੀ ਫੜਿਆ ਜਿਹੜਾ ਇੱਥੋਂ ਸਰਕਾਰੀ ਖਜ਼ਾਨੇ 'ਚੋਂ NHM ਦੇ ਅਕਾਊਂਟ 'ਚੋਂ ਕਢਾ ਕੇ ਜਿਹੜੀ ਆ ਸਾਡੀ ਟੀਮ ਲੈ ਕੇ ਗਈ ਸੀ, ਨਾਲ ਉਹਦੇ 4 ਪੁਲਿਸ ਕਰਮਚਾਰੀ ਵੀ ਸੀ, ਪ੍ਰੋਪਰ ਉਹਨਾਂ ਦੀਆਂ ਚਿੱਠੀਆਂ ਨਿਕਲੀਆਂ ਹੋਈਆਂ ਨੇ। ਪਰ ਰੌਲਾ ਇਸ ਗੱਲ ਦਾ ਵੀ ਵਿਜੀਲੈਂਸ ਵਿਭਾਗ ਨੇ ਆਪਦਾ ਪੱਖ ਜਿਹੜਾ ਉਹ ਪੂਰੇ ਜ਼ੋਰ ਸ਼ੋਰ ਨਾਲ ਰੱਖਿਆ ਪੰਜਾਬ 'ਚ, ਪਰ ਸਾਡੀ ਜਿਹੜੀ ਅਫਸਰਸ਼ਾਹੀ ਆ ਉਹ ਐਡੀ ਨਿਕੰਮੀ ਤੇ ਬੇਟਬੀ ਆ ਵੀ ਉਹ ਆਪਦਾ ਪੱਖ ਜਿਹੜਾ ਵਿਜੀਲੈਂਸ ਕੋਲੇ ਵੀ ਨਹੀਂ ਰੱਖ ਸਕੀ, ਲੋਕਾਂ ਕੋਲ ਵੀ ਨਹੀਂ ਰੱਖ ਸਕੀ। ਐਗਿਟੇਸ਼ਨ ਰਿਹਾ ਤੁਹਾਡਾ ਅੱਜ OPD ਬੰਦ ਕਰਵਾ ਰਹੇ ਹੋ, ਅੱਜ ਕੀ ਪ੍ਰੋਗਰਾਮ ਰਹਿੰਦਾ? ਅੱਜ ਸਾਡਾ ਇਹ ਹੈ ਵੀ ਅਸੀਂ ਲਗਾਤਾਰ OPD ਸੇਵਾਵਾਂ ਜਿਹੜੀਆਂ ਨੇ ਬੰਦ ਕਰ ਰਹੇ ਹਾਂ। ਤੁਹਾਡੇ ਚੈਨਲ ਦੇ ਜ਼ਰੀਏ ਜਿਹੜੇ ਲੋਕ ਇਸ ਗੱਲ ਨਾਲ ਪ੍ਰਭਾਵਿਤ ਹੋ ਰਹੇ ਆ ਉਹਨਾਂ ਤੋਂ ਮਾਫੀ ਵੀ ਮੰਗਦੇ ਹਾਂ, ਪਰ ਸਾਡੀ ਮਜਬੂਰੀ ਇਹ ਬਣਦੀ ਆ ਵੀ ਜਿੰਨੀ ਦੇਰ ਤੱਕ ਅਸੀਂ ਇਸ ਕਿਸਮ ਦਾ ਪ੍ਰੈਸ਼ਰ ਕ੍ਰੀਏਟ ਨਹੀਂ ਕਰਦੇ ਉਨੀ ਦੇਰ ਤੱਕ ਜਿਹੜੀ ਸਾਡੀ ਅਫਸਰਸ਼ਾਹੀ ਹੈ AC ਛੱਡੀ ਬੈਠੀ ਆ ਦਫ਼ਤਰਾਂ ਦੇ ਵਿੱਚ, ਉਹ ਵਿਜੀਲੈਂਸ ਦੇ ਕੋਲੇ ਪੇਸ਼ ਹੀ ਨਹੀਂ ਹੋ ਰਹੀ। ਜਾਣੀ ਜਿਹੜਾ ਇੱਕ ਦਰਜਾ 4 ਹੈ ਉਹਨੂੰ ਤਾਂ ਤੁਸੀਂ ਮਜਵਾਤਾ, ਆਪ ਤੁਸੀਂ ਆ ਕੇ AC 'ਚ ਬੈਠ ਗਏ, ਇਹਦਾ ਮਤਲਬ ਕੀ ਆ ਵੀ ਵਿਜੀਲੈਂਸ ਸਿਰਫ ਤੇ ਸਿਰਫ ਉਹਨਾਂ ਬੰਦਿਆਂ ਦੇ ਅਧੀਨ ਉਹਨਾਂ ਤੇ ਕਾਰਵਾਈ ਕਰੂ ਜਿਹੜੇ ਮਾੜੇ ਆ, ਜਿਹੜੇ ਤਕੜੇ ਆ ਉਹਨਾਂ ਨੂੰ ਕਿਉਂ ਨਹੀਂ ਫੜਦੀ ਵਿਜੀਲੈਂਸ? ਸਵਾਲ ਹੈ ਸਾਡਾ ਇਹ ਜੀ। ਹੜਤਾਲ ਕਰੀ ਬੈਠੇ ਹੈਗੇ, ਜਨਤਾ ਤੰਗ ਹੈ ਜੀ ਬਹੁਤ ਜ਼ਿਆਦਾ, ਪਰੇਸ਼ਾਨ ਆ। ਮਰੀਜ਼ ਦੇਖੋ ਕਿੰਨਾ, ਇਹਦੀ ਕੋਈ ਪਰਚੀ ਦੀ ਸੁਣਵਾਈ ਨਹੀਂ ਹੁੰਦੀ, ਨਾ ਕੋਈ ਗੱਲ ਸੁਣ ਰਿਹਾ ਹੈਗਾ, ਸਟ੍ਰਾਈਕ 'ਤੇ ਬੈਠੇ ਹੋਏ ਆ। ਇਹ 2-3 ਵਾਰੀ ਹੋ ਚੁੱਕੀ ਹੈ ਜੀ, ਦਿੱਕਤ ਬਹੁਤ ਜ਼ਿਆਦਾ ਆ ਰਹੀ, ਮਰੀਜ਼ ਇੰਨਾ ਪਰੇਸ਼ਾਨ, ਲਾਈਨਾਂ ਲੱਗੀਆਂ ਪਈਆਂ ਹੈਗੀਆਂ, ਕੋਈ ਪਰਚੀ ਨਹੀਂ ਕੱਢ ਰਹੇ ਜੀ। ਅਸੀਂ ਜੀ ਅੱਖਾਂ ਦੀ ਦਵਾਈ ਲੈਣੀ ਹੈਗੀ, ਆਪਰੇਸ਼ਨ ਹੋਇਆ ਵਾ ਉਹਨਾਂ ਵਾਸਤੇ ਦਿਖਾਉਣਾ ਹੈ। ਡਾਕਟਰ ਨਹੀਂ ਮਿਲਿਆ, ਦਵਾਈ ਨਹੀਂ ਦਿੰਦੇ ਹੈਗੇ, ਇਹਨਾਂ ਦਾ ਅਸੀਂ 50,000 ਰੁਪਏ ਲਾ ਕੇ ਕਿਰਾਏ ਦੇ ਆਉਂਦੇ ਹੈਗੇ, ਸਾਨੂੰ ਇੱਥੇ ਆ ਕੇ ਦਵਾਈ ਨਹੀਂ ਮਿਲਦੀ ਹੈਗੀ। 2 ਦਿਨ ਦੀ ਹੜਤਾਲ ਸੀ, ਅੱਜ ਫਿਰ ਆਏ ਆ, ਉਹ ਕਹਿੰਦੇ ਅੱਜ ਛੁੱਟੀ ਹੈ, ਕਹਿੰਦੇ ਹੁਣ ਕੀ ਕਰੀਏ, ਦੱਸ ਕਿੱਥੇ ਜਾਈਏ ਇਹੋ ਜਿਹੀ ਗਰਮੀ 'ਚ, ਮਿਲਦੀ ਨਹੀਂ, ਕਿੰਨੇ ਔਖੇ ਹੁੰਦੇ ਆ। ਕੀ ਕਹਾਂਗੇ, ਸਾਨੂੰ ਹੈਰਾਨ ਕਰੀ ਜਾਂਦੇ ਨੇ, ਹੋਰ ਕੀ ਹੈਗੇ, ਹੁਣ ਅਸੀਂ ਕਿੱਥੇ ਜਾਈਏ ਦੱਸੋ।
ਕਹਿੰਦੇ ਕੀ ਹੈਗੇ ਤੇ ਹੜਤਾਲ ਹੋ ਗਈ ਬੰਦ ਆ ਗਏ ਪਰਚੀ ਨਹੀਂ ਕੱਢਦੇ ਦਵਾਈ ਨਹੀਂ ਦਿੰਦੇ ਕਿੰਨਾ ਦਿਨ ਖੜੇ ਨੂੰ ਇੱਥੇ ਅੱਛਾ ਤੁਹਾਨੂੰ ਤਾਂ 2-3 ਘੰਟੇ ਹੋ ਗਏ ਖੜੀ ਨੂੰ ਡਾਇਰੈਕਟ ਮੇਰੇ ਲੱਤ ਖਰਾਬ ਲੱਤ ਦੀ ਦਵਾਈ ਲੈਣੀ ਸੀ